ਜਿਵੇਂ ਕਿ ਆਪ ਸਭ ਜਾਣਦੇ ਹੋ ਕਿ 2 ਮਈ ਨੂੰ ਕੈਨੇਡੀਅਨ ਪਾਰਲੀਮੈਂਟ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਅੱਜ ਸਾਡੇ ਸਟੂਡੀਓ ਵਿੱਚ ਸਰੀ ਦੇ ਵਾਲੀ ਏਰੀਏ ਤੋਂ ਚੋਣ ਲੜ ਰਹੇ NDP ਦੇ ਮੈਂਬਰ ਜਸਵੀਰ ਸਿੰਘ ਸੰਧੂ ਸਾਡੇ ਸਟੂਡੀਓ ਵਿੱਚ ਆਏ ਹੋਏ ਹਨ। ਆਓ ਦੇਖਦੇ ਹਾਂ ਉਹਨਾਂ ਨਾਲ ਕੀਤੀ ਗਈ ਇਹ ਗੱਲਬਾਤ। ਜੀ ਆਨੂ ਸੰਧੂ ਸਾਹਿਬ ਸਾਡੇ ਸਟੂਡੀਓ 'ਚ ਕਮਲ ਸਿੰਘ, ਧੰਨਵਾਦ ਤੁਹਾਡਾ ਜਿਹੜਾ ਤੁਸੀਂ ਮੈਨੂੰ ਅੱਜ ਇੱਥੇ ਇਨਵਾਈਟ ਕੀਤਾ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਜੀ। ਮੈਨੂੰ ਕਮਲ ਇੱਥੇ ਸਰੀ ਵਿੱਚ 30 ਸਾਲ ਹੋ ਗਏ ਰਹਿੰਦਿਆਂ ਨੂੰ। ਹਾਂਜੀ। ਅਤੇ ਮੈਂ ਇਸ ਹਲਕੇ ਵਿੱਚ ਹੀ ਆਪਣੇ ਐਲੀਮੈਂਟਰੀ ਸਕੂਲ ਗਿਆ, ਇਸ ਹਲਕੇ ਦੇ ਵਿੱਚ ਹੀ ਮੈਂ ਆਪਣੇ ਕੁਈਨ ਅਲਿਜ਼ਬੈਥ ਸੀਨੀਅਰ ਸੈਕੰਡਰੀ ਸਕੂਲ 'ਚੋਂ 12ਵੀਂ ਕੀਤੀ ਆ। ਅਤੇ ਉਸ ਤੋਂ ਬਾਅਦ ਮੈਂ BA ਕੀਤੀ ਆ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ। ਹਾਂਜੀ। ਅਤੇ ਮੈਂ ਕੰਮ ਕਰਦਾ ਹਾਂ ਜਸਟਿਸ ਇੰਸਟੀਟਿਊਟ BC ਜਿਹੜਾ ਕਿ ਯੂਨੀਵਰਸਿਟੀ ਆ। ਅਤੇ ਬਾਕੀ ਮੈਂ MBA ਕੀਤੀ ਆ ਰੋਇਲ ਰੋਡਸ ਯੂਨੀਵਰਸਿਟੀ ਤੋਂ। ਅਤੇ ਬੜੇ ਲੰਮੇ ਟਾਈਮ ਤੋਂ ਸਰੀ ਵਿੱਚ ਜਿੱਦਾਂ ਰਹਿ ਰਹੇ ਹਾਂ। ਠੀਕ ਹੈ ਜੀ। ਸੰਧੂ ਸਾਹਿਬ, ਜਿੱਦਾਂ ਤੁਸੀਂ ਪਿਛਲੇ 30 ਸਾਲ ਤੋਂ ਸਰੀ ਦੇ ਵਿੱਚ ਰਹਿ ਰਹੇ ਹੋ, ਅਤੇ 30 ਸਾਲ ਦੇ ਵਿੱਚ ਤੁਸੀਂ ਸਰੀ ਦੇ ਵਿੱਚ ਕੀ ਸਰਗਰਮੀਆਂ ਰੱਖੀਆਂ ਜੀ? ਸਰਗਰਮੀਆਂ ਪਿਛਲੇ 30 ਸਾਲਾਂ ਤੋਂ ਜੀ, ਪਹਿਲੀ ਗੱਲ ਤਾਂ ਮੈਂ NDP ਪਾਰਟੀ ਨਾਲ ਕੰਮ ਕਰਦਾ ਆ ਰਿਹਾ ਪਿਛਲੇ 20 ਸਾਲਾਂ ਤੋਂ। ਹਾਂਜੀ। ਅਤੇ ਪਹਿਲੀ ਇਲੈਕਸ਼ਨ ਮੇਰੀ ਸੀਗੀ ਜਿਹੜੀ ਮੈਂ ਹੈਲਪ ਕੀਤੀ ਆ, ਉਹ ਸੂ ਹੈਮਲ ਦੀ ਹੈਲਪ ਕੀਤੀ ਸੀ 1991 ਵਿੱਚ। ਠੀਕ ਹੈ। ਅਤੇ ਉਦੋਂ ਡੋਰ ਨਾਕਿੰਗ ਕੀਤੀ ਸੀ, ਸ਼ੁਰੂ ਕੀਤੀ ਸੀ। ਅਤੇ ਪਿਛਲੇ 20 ਸਾਲਾਂ ਤੋਂ ਪਾਰਟੀ ਦੇ ਨਾਲ ਹਮੇਸ਼ਾ ਹੀ NDP ਨਾਲ ਰਿਹਾ, ਕੰਮ ਕੀਤਾ, ਹਰੇਕ ਇਲੈਕਸ਼ਨਾਂ 'ਚ ਕੀਤਾ, ਲੋਕਲ ਇਲੈਕਸ਼ਨਾਂ 'ਚ ਕੰਮ ਕੀਤਾ। ਬਾਕੀ ਪਿਛਲੇ ਕੋਈ 20 ਸਾਲਾਂ ਤੋਂ ਅਸੀਂ ਆਪਣੀ ਕਮਿਊਨਿਟੀ ਵਿੱਚ ਸਰਗਰਮੀਆਂ ਜਿਹੜੀਆਂ ਰੱਖੀਆਂ, ਉਹ ਅਸੀਂ ਗਦਰੀ ਬਾਬਿਆਂ ਦਾ ਮੇਲਾ ਕਰਾਉਂਦੇ ਹਾਂ ਜਿਹੜੀ ਕਿ ਬੇਅਰ ਕ੍ਰੀਕ ਪਾਰਕ 'ਚ ਹਰੇਕ ਸਾਲ ਹੁੰਦਾ। ਹਾਂਜੀ। ਅਤੇ ਮੈਂ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦਾ ਮੁੱਢਲਾ ਮੈਂਬਰ ਹਾਂ, ਫਾਊਂਡੇਸ਼ਨ ਮੈਂਬਰ ਹਾਂ, ਅਤੇ ਉਹਨਾਂ ਦਾ ਸਪੋਕਸਪਰਸਨ ਸੈਕਟਰੀ ਵੀ ਦੀ ਰਿਹਾ ਮਾਰੂ ਦੀ ਮਾਫ਼ੀ ਬਾਰੇ ਮਸਲਾ ਚੱਕਿਆ ਆ। ਬਾਕੀ ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ ਜਿਹਨਾਂ ਦੇ ਬਦੌਲਤ ਆਪਾਂ ਇੱਥੇ ਬੈਠੇ ਹਾਂ, ਜਿਹਨਾਂ ਨੇ ਸਟਰਗਲ ਕਰਕੇ ਆਪਾਂ ਨੂੰ ਵੋਟਿੰਗ ਰਾਈਟਸ ਦਿੱਤੇ, ਲੈ ਕੇ ਦਿੱਤੇ ਆ, ਜਿਹਨਾਂ ਨੇ ਸਟਰਗਲ ਕਰਕੇ ਆਪਾਂ ਨੂੰ ਇੱਥੇ ਆਪਣੀ ਪਛਾਣ ਪਛਾਣ ਆਪਣੀ ਹੋਈ ਇਸ ਕਮਿਊਨਿਟੀ ਵਿੱਚ। ਅਤੇ ਉਹਨਾਂ ਬਜ਼ੁਰਗਾਂ ਗਦਰੀ ਯੋਧਿਆਂ ਦੀ ਅਸੀਂ ਚੇਤਾ ਕਰਦੇ ਹਾਂ ਹਰੇਕ ਸਾਲ ਆਪਣੇ ਗਦਰੀ ਬਾਬੇ ਦੇ ਮੇਲੇ ਵਿੱਚ। ਠੀਕ ਹੈ ਜੀ। ਸੰਧੂ ਸਾਹਿਬ, ਤੁਸੀਂ ਹੁਣ ਡੋਰ ਟੂ ਡੋਰ ਜਾ ਰਹੇ ਹੈਗੇ ਹਾਂ। ਹਾਂਜੀ। ਅਤੇ ਸਾਡੀ ਕਮਿਊਨਿਟੀ ਦੇ ਕੀ ਇਸ਼ੂ ਹੈਗੇ ਆ? ਆਪਣੀ ਕਮਿਊਨਿਟੀ ਦੂਜੀ ਕਮਿਊਨਿਟੀ ਇਸ਼ੂ ਸਿਮਿਲਰ ਆ। ਠੀਕ ਹੈ। ਨੰਬਰ 1 ਇਸ਼ੂ ਤਾਂ ਹੈਗਾ ਆ HST ਦਾ, ਖਾਸ ਕਰਕੇ ਜੋ ਆਪਣੀ ਡੋਨਾ ਕੈਰਮੈਨ ਨੇ ਕਿਹਾ ਸੀਗਾ ਬਈ ਮੈਂ HST ਦੀ ਵੋਟ ਦੇ ਅਗੇਂਸਟ ਪਾਊਂਗੀ। ਹਾਂਜੀ। ਅਤੇ ਜਦ ਉਹ ਇੱਥੇ ਕੁਛ ਹੋਰ ਕਹਿ ਗਈ ਅਤੇ ਜਦ ਆਟਵਾ ਗਈ ਅਤੇ ਉਹਨੇ ਵੋਟ ਅਗੇਂਸਟ ਪਾਈ ਨਹੀਂ, ਅਤੇ ਇਸ ਮਸਲੇ ਨੂੰ ਲੈ ਕੇ ਕਮਿਊਨਿਟੀ ਬਹੁਤ ਅਪਸੈਟ ਹੋਇਆ। ਆਪਣੀ ਕਮਿਊਨਿਟੀ ਨਹੀਂ, ਆਪਣੀ ਕੋਕੇਸ਼ਨ ਕਮਿਊਨਿਟੀ, ਉਹ ਵੀ ਸਾਰੇ ਅਪਸੈਟ ਆ ਵੀ ਹਾਂ ਬਈ ਡੋਨਾ ਨੇ ਸਾਨੂੰ ਪ੍ਰੋਮਿਸ ਕੀਤਾ ਅਤੇ ਡਿਲੀਵਰ ਹੋਰ ਕੁਛ ਕੀਤਾ। ਅਤੇ ਦੂਜੀ ਹੈਗੀ ਆ ਉਹ ਉਹਦੀ ਵਿਜ਼ੀਬਿਲਿਟੀ ਦੀ ਹੈਗੀ ਆ। ਅਤੇ ਆਪਣੇ ਮੈਨੂੰ ਆਪਣੀ ਕਮਿਊਨਿਟੀ ਵਿੱਚੋਂ ਖਾਸ ਕਰਕੇ ਬਹੁਤ ਕੰਪਲੇਂਟਸ ਆਈਆਂ ਵੀ ਹਾਂ ਡਿਸਅਪੋਇੰਟਡ ਸੀ ਵੀ ਹਾਂ ਵੀ ਡੋਨਾ ਅਸੀਂ ਤਾਂ ਕਦੀ ਦੇਖੀ ਨਹੀਂ ਕਮਿਊਨਿਟੀ ਵਿੱਚ। ਅਤੇ ਦੂਸਰਾ ਇਸ਼ਾ ਹੈਗਾ ਇਸ਼ੂ ਜਿਹੜਾ ਆਪਣੀ ਕਮਿਊਨਿਟੀ ਵਿੱਚ ਬਹੁਤ ਉੱਭਰ ਕੇ ਆਇਆ ਆ ਪਿਛਲਾ, ਇਮੀਗ੍ਰੇਸ਼ਨ ਦਾ। ਜਦੋਂ ਮੈਂ ਇੰਡੀਆ ਵਿੱਚੋਂ ਆਇਆ ਸੀ 1980 ਵਿੱਚ, ਅਤੇ ਸਾਨੂੰ ਕੋਈ 2-2.5 ਸਾਲ ਲੱਗੇ ਸੀ ਸਾਡੀ ਐਪਲੀਕੇਸ਼ਨ ਮੇਰੇ ਭਰਾ ਨੇ ਕੀਤੀ ਸੀਗੀ, ਅਤੇ ਫੈਮਿਲੀ ਰੀਯੂਨੀਫਿਕੇਸ਼ਨ ਦੀ ਐਪਲੀਕੇਸ਼ਨ ਸੀਗੀ। ਅਤੇ ਉਹਦੇ ਵਿੱਚ
ਢਾਈ ਸਾਲ ਲੱਗਦੇ ਸੀ ਉਦੋਂ, ਹੁਣ ਪਿਛਲੇ ਪੰਜ ਸਾਲ ਹੋ ਗਏ ਆ ਅਤੇ ਤਿੰਨ ਚਾਰ ਸਾਲ ਲੱਗਦੇ ਸੀ ਜਾਂ ਪੰਜ ਸਾਲ ਹੁਣ ਲੱਗਦੇ ਸੀਗੇ। ਅਤੇ ਪਰ ਜਿਹੜਾ ਅਟੋਰੀਆਂ ਦਾ ਬਸ ਯੂਨੋ ਇਮੀਗ੍ਰੇਸ਼ਨ ਨਵੀਂ ਪੋਲਿਸੀ ਹੋ ਰਹੀ ਆ ਉਹਦੇ ਨਾਲ ਹੁਣ ਤੁਸੀਂ 15 ਤੋਂ 17 ਸਾਲ ਲੱਗ ਸਕਦੇ ਆ, ਜਿਹੜੀ ਕਿ ਤੁਹਾਡੀ ਜੇ ਤੁਸੀਂ ਆਪਣੀ ਫੈਮਿਲੀ ਸਪੋਂਸਰ ਕਰਨੀ ਆ ਇੰਡੀਆ ਵਿੱਚੋਂ। ਆਪਣੀ ਕਮਿਊਨਿਟੀ ਕਿਉਂਕਿ ਆਪਾਂ ਜੁਆਇੰਟ ਫੈਮਿਲੀ ਨਾਲ ਰਹਿੰਦੇ ਆ ਤੇ ਆਪਣੇ ਮਾਂ ਪੇ ਆਪਣੇ ਨਿਆਣਿਆਂ ਦੀ ਦੇਖਭਾਲ ਕਰ ਸਕਦੇ ਆ, ਬਿਲਕੁਲ, ਤੇ ਬਹੁਤ ਵੱਡਾ ਆਸਰਾ ਹੁੰਦਾ ਤੇ ਉਹ ਬਹੁਤ ਮਾੜੀ ਗੱਲ ਵਾ। ਤੇ ਜੈਕ ਲੇਡਨ ਸਾਹਿਬ ਨੇ ਸਾਡੇ ਲੀਡਰ ਨੇ ਕਿਹਾ ਵੀ ਇੱਦਾਂ ਅਸੀਂ ਹੋਣ ਨਹੀਂ ਦੇਵਾਂਗੇ, ਪੂਰੇ ਡਟ ਕੇ ਉੱਥੇ ਪਾਰਲੀਮੈਂਟ 'ਚ ਬੋਲਾਂਗੇ, ਪੂਰਾ ਇਹਦਾ ਵਿਰੋਧ ਕਰਾਂਗੇ ਕਿਉਂਕਿ ਫੈਮਿਲੀ ਰੀਯੂਨੀਫਿਕੇਸ਼ਨ ਬਹੁਤ ਜ਼ਰੂਰੀ ਆ। ਇਹਦਾ ਪਿਛਲੇ ਸਾਲਾਂ ਤੋਂ ਤੁਸੀਂ ਦੇਖ ਕੇ ਦੇਖਿਆ ਕੈਨੇਡਾ ਇਮੀਗ੍ਰੈਂਟਸ ਦੇ ਪਸਾਇਆ ਇੱਥੇ ਆ ਕੇ, ਅਤੇ ਜ਼ਰੂਰੀ ਆ ਵੀ ਆਪਾਂ ਨੂੰ ਫੈਮਿਲੀ ਰੀਯੂਨੀਫਿਕੇਸ਼ਨ ਰੱਖਣੀ ਚਾਹੀਦੀ ਆ। ਹੋਰ ਕੀ ਇਸ਼ੂ ਹੈਗੇ ਜੀ? ਹੋਰ ਕਮਲ ਜੀ ਆਪਣੇ ਇਸ਼ੂ ਆ ਰਹੇ ਆ, ਮਹਿੰਗਾਈ ਵੱਧ ਰਹੀ ਆ, ਤੇਲ ਦੀਆਂ ਕੀਮਤਾਂ ਵੱਧ ਰਹੀਆਂ, ਹੈਲਥ ਕੇਅਰ ਕਿਉਂਕਿ ਆਪਣਾ ਸਰੀ ਮੈਮੋਰੀਅਲ ਹਸਪੀਟਲ ਪਿਛਲੇ 30 ਸਾਲਾਂ ਤੋਂ ਮੈਂ ਇੱਥੇ ਰਹਿ ਰਿਹਾ ਅਤੇ ਹਮੇਸ਼ਾ ਹੀ ਓਵਰ ਕਰਾਊਡਿਡ ਰਹਿੰਦਾ, ਅਤੇ ਇਹ ਜਿਹੜੇ ਮੁੱਦੇ ਆ ਉੱਭਰ ਕੇ ਗਾਂ ਆ ਰਹੇ ਆ ਅਤੇ ਅਸੀਂ ਪ੍ਰੈਕਟੀਕਲ ਸਲਿਊਸ਼ਨਸ ਪ੍ਰਜੈਂਟ ਕੀਤੇ ਆ ਬਈ ਮੋਰ ਡਾਕਟਰਸ ਅਤੇ ਨਰਸਿਸ ਨੂੰ ਟ੍ਰੇਨਿੰਗ ਦਿੱਤੀ ਜਾਵੇ, ਫੈਡਰਲ ਬਜਟ 'ਚ ਜੈਕ ਲੇਡਨ ਸਾਹਿਬ ਨੇ ਪੇਸ਼ ਕੀਤਾ ਸੀ, ਅਤੇ ਪ੍ਰੈਕਟੀਕਲ ਸਲਿਊਸ਼ਨਸ ਤਾਂ ਛੇਤੀ ਹੋਣੇ ਚਾਹੀਦੇ ਆ। ਠੀਕ ਹੈ ਸੰਧੂ ਸਾਹਿਬ, ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਅੰਤ ਤੋਂ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਵੋਟ ਦਾ ਹੱਕ ਜਿਹੜਾ ਆਪਾਂ ਨੂੰ ਮਿਲਿਆ ਆਪਣੇ ਬਜ਼ੁਰਗਾਂ ਨੇ ਬਹੁਤ ਸਟਰਗਲ ਕਰਕੇ ਆਪਾਂ ਨੂੰ ਲੈ ਕੇ ਦਿੱਤਾ, ਅਤੇ ਐਨ ਡੀ ਪੀ ਦੀ ਪਾਰਟੀ ਜਿਹੜੀ ਪਹਿਲਾਂ ਆਉਂਦੀ ਸੀ 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 ਐੱਫ, ਉਹ ਆਪਣੀ ਕਮਿਊਨਿਟੀ ਨਾਲ ਉਦੋਂ ਵੀ ਖੜ੍ਹੀ ਸੀਗੀ, ਅਤੇ ਐਨ ਡੀ ਪੀ ਆ ਇਹ ਆਪਣੀ ਕਮਿਊਨਿਟੀ ਨਾਲ ਹਮੇਸ਼ਾ ਹੀ ਮਾਈਨੋਰਟੀਜ਼ ਦੇ ਨਾਲ ਖੜ੍ਹੀ ਆ। ਅਤੇ ਮੈਂ ਬੇਨਤੀ ਕਰਦਾ ਆਪਣੇ ਸਾਰੇ ਭਾਈਚਾਰੇ ਨੂੰ, ਕਮਿਊਨਿਟੀ ਨੂੰ, ਕਿ 2 ਮਈ ਨੂੰ ਜਾ ਕੇ ਤੁਸੀਂ ਪਹਿਲੀ ਗੱਲ ਤਾਂ ਜ਼ਰੂਰ ਵੋਟ ਪਾਉਣੀ ਆ ਜੇ ਤੁਸੀਂ ਸਰੀ ਨੌਰਥ ਵਿੱਚ ਰਹਿੰਦੇ ਆ, ਅਤੇ ਮੈਂ ਆਪਣੀ ਬੇਨਤੀ ਕਰਦਾ ਜਸਬੀਰ ਸੰਧੂ ਐਨ ਡੀ ਪੀ ਨੂੰ ਵੋਟ ਪਾਇਓ। ਥੈਂਕ ਯੂ ਜੀ ਸਾਡੇ ਸਟੂਡੀਓ ਵਿੱਚ ਆਉਣ ਲਈ। ਥੈਂਕ ਯੂ ਵੈਰੀ ਮਚ।